ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ। ਜਿਵੇਂ ਪਹਿਲੇ ਵੀ ਦੱਸਿਆ ਸੀਗਾ ਕਿ ਲੁਧਿਆਣਾ ਨੂੰ ਅਸੀਂ ਕੁਦਰਤ ਦੇ ਨਾਲ ਬਹੁਤ ਘੱਟ ਲਿੰਕ ਕਰਦੇ ਹਾਂ ਕਿਉਂਕਿ ਇਸ ਨੂੰ ਜ਼ਿਆਦਾ ਇੰਡਸਟਰੀ ਨਾਲ ਲਿੰਕ ਕਰਦੇ ਹਾਂ, ਬਟ ਇਹ ਜਿਹੜੀ ਐਗਜੀਬਿਸ਼ਨ ਹੈ ਇੱਥੇ ਲੁਧਿਆਣਾ ਦੇ ਆਸ ਪਾਸ ਜੋ ਵੀ ਕੁਦਰਤ ਦੀ ਬਲੈਸਿੰਗ ਹੈ, ਅਸੀਸ਼ ਹੈ, ਉਹ ਫੋਟੋਗ੍ਰਾਫੀ ਦੇ ਨਾਲ ਸਾਹਮਣੇ ਨਿਕਲ ਕੇ ਆਈ ਹੈ ਅਤੇ ਸਾਨੂੰ ਇੰਝ ਪਤਾ ਲੱਗ ਰਿਹਾ ਹੈ ਕਿ ਲੁਧਿਆਣਾ ਦੇ ਵਿੱਚ ਵੀ ਕੁਦਰਤ ਦੀ ਜਿਹੜੀ ਬਿਊਟੀ ਹੈ ਉਹਦੀ ਕੋਈ ਵੀ ਕਮੀ ਨਹੀਂ ਹੈ। ਸਰ ਵੈਸੇ ਤਾਂ ਸਾਰੀਆਂ ਫੋਟੋ ਆਪਣੇ ਆਪ ਵਿੱਚ ਕਾਫੀ ਖੂਬਸੂਰਤ ਨੇ, ਪਰ ਤੁਸੀਂ ਸਾਰੀਆਂ ਬਹੁਤ ਚੰਗੀ ਤਰ੍ਹਾਂ ਦੇਖਿਆ, ਕਿਹੜੀ ਫੋਟੋ ਤੁਹਾਨੂੰ ਇੰਸਪਾਇਰ ਕਰਦੀ ਹੈ ਕਿ ਅਸੀਂ ਲੁਧਿਆਣੇ ਖੂਬਸੂਰਤ? ਇੱਕ ਫੋਟੋ ਜਿਹੜੀ ਇੱਧਰ ਇਹ ਵਾਲੀ ਹੈ ਜਿਹਦੇ 'ਚ ਕਿ ਪਾਣੀ 'ਚ ਰਿਫਲੈਕਸ਼ਨ ਆ ਰਿਹਾ ਹੈ ਸਨ ਦਾ, ਉਹ ਮੈਨੂੰ ਜ਼ਿਆਦਾ ਇੰਸਪਾਇਰ ਕਰਦੀ ਹੈ ਬਿਕੋਜ਼ ਉਹਦੇ ਵਿੱਚ ਸਾਰੇ ਕਲਰਸ ਹੈ, ਜਿਹਦਾ ਮਤਲਬ ਹੈ ਕਿ ਸਭ ਨੇ ਇਕੱਠਾ ਰਹਿਣਾ ਹੈ, ਸਭ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਹਨ। ਸਰ ਕੁਦਰਤ ਨੇ ਮਨੁੱਖ ਨੂੰ ਜੀਵ ਨੂੰ ਬਹੁਤ ਕੁਝ ਦਿੱਤਾ, ਪਰ ਹੁਣ ਸਮਾਂ ਆ ਗਿਆ ਕਿ ਆਮ ਆਦਮੀ ਨੂੰ ਵੀ ਕੁਦਰਤ ਵੱਲ ਧਿਆਨ ਦੇਣਾ ਚਾਹੀਦਾ। ਕਿਸ ਤਰ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਇੰਸਪਾਇਰ ਕਰਦੇ ਤਾਂ ਕਿ ਲੋਕ ਵੀ ਜਿਹੜਾ ਹੈਗਾ ਲੁਧਿਆਣਾ ਕਰਕੇ ਸਿਟੀ ਆ, ਆਪਣੇ ਇੰਡੀਆ ਦੇ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ, ਪਾਪੂਲੇਸ਼ਨ ਬਹੁਤ ਜ਼ਿਆਦਾ ਵਾ, ਅਤੇ ਬਾਕੀ ਕੁਦਰਤ ਦੇ ਜੋ ਸੋਮੇ ਆ ਉਹ ਕਾਫੀ ਜਿਹੜੇ ਘੱਟਦੇ ਜਾ ਰਹੇ ਆ, ਲੋਕ ਵੀ ਅੱਗੇ ਆਉਣ ਤਾਂ ਕਿ ਸੋਮਿਆਂ ਨੂੰ ਬਚਾਇਆ ਜਾ ਸਕੇ। ਜਿਵੇਂ ਇਹ ਇੱਕ ਉਪਰਾਲਾ ਹੈ ਜਿਸ ਕਿ ਨੇਚਰ ਨੂੰ ਪ੍ਰਮੋਟ ਕੀਤਾ ਹੈ, ਮੇਰੇ ਖਿਆਲ ਨਾਲ ਹਰ ਇੱਕ ਆਦਮੀ ਕੁਛ ਨਾ ਕੁਛ ਕਰ ਸਕਦਾ ਹੈ। ਅਗਰ ਸਾਡੇ ਕੋਲ ਆਪਣਾ ਕੋਈ ਛੋਟਾ ਮਕਾਨ ਹੈ, ਘਰ ਹੈ, ਦੋ ਚਾਰ ਪੇੜ ਲਾ ਦਈਏ, ਪੌਦੇ ਲਾ ਦਈਏ, ਥੋੜ੍ਹਾ ਸਾਡੀ ਜ਼ਿਆਦਾ ਰੀਚ ਹੈ, ਇੱਕ ਪਾਰਕ ਮੇਨਟੇਨ ਕਰ ਲਈਏ, ਜਿਹੜਾ ਵੀ ਬੰਦਾ ਹੈ ਜਿੱਥੇ ਵੀ ਰਹਿੰਦਾ ਹੈ ਉਹਨੂੰ ਆਪਣੇ ਵੱਲੋਂ ਇੱਕ ਇੱਕ ਛੋਟਾ ਕੰਟਰੀਬਿਊਸ਼ਨ ਜ਼ਰੂਰ ਕਰਨਾ ਚਾਹੀਦਾ ਹੈ, ਜਿਸ ਕਿ ਲੱਗੇ ਕਿ ਇਹਦੇ ਨਾਲ ਅਸੀਂ ਕੁਦਰਤ ਲਈ ਕੁਛ ਇੱਕ ਨਵੀਂ ਚੀਜ਼ ਲੈ ਕੇ ਆਇਆ, ਭਾਵੇਂ ਇੱਕ ਪਲਾਂਟ ਹੈ, ਭਾਵੇਂ ਪੇੜ ਹੈ, ਕੁਛ ਕੁਛ ਕਰਨਾ ਚਾਹੀਦਾ। ਲਾਸਟ ਮੇਰਾ ਜਿਹੜਾ ਹੈ ਟੇਕਵੇ ਇਹੀ ਹੈ ਕਿ ਕੁਦਰਤ ਸ਼ੁਰੂ ਤੋਂ ਸਾਡੇ ਨਾਲ ਸੀ, ਅਸੀਂ ਕਾਫੀ ਅੱਗੇ ਆ ਗਏ, ਕਾਫੀ ਅਸੀਂ ਜਿਹੜਾ ਹੈ ਡਿਵੈਲਪ ਹੋ ਗਏ, ਵੱਡੇ ਵੱਡੇ ਸ਼ਹਿਰ ਬਣ ਗਏ, ਬਟ ਹਲੇ ਵੀ ਜੋ ਇੱਕ ਐਵਰਲਾਸਟਿੰਗ ਚੀਜ਼ ਹੈ ਜੋ ਸਾਨੂੰ ਆਪਣੇ ਅੰਦਰ ਐਕਸਪਲੋਰ ਕਰਨ ਨੂੰ ਮਿਲਦੀ ਹੈ ਉਹ ਸਾਨੂੰ ਨੇਚਰ ਤੋਂ ਹੀ ਮਿਲਦੀ ਹੈ ਅਤੇ ਕੁਦਰਤ ਦਾ ਕੋਈ ਵੀ ਸਬਸਟੀਟਿਊਟ ਨਹੀਂ ਹੈ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ, ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ, ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ, ਵਰਲਡ ਫੇਮਸ ਬਾਬਾ ਸਲੀਮ ਖਾਨ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ, ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ, ਵਸ਼ੀਕਰਨ ਅਤੇ ਮੁਠਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ, ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।